ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸੁਰਿੰਦਰ ਸਿੰਘ ਬਿੰਦਰਾ, ਟਾਊਨ ਪਲੈਨਰ ਦਾ ਬੇਟਾ ਹੈਗਾ, ਛੋਟਾ ਬੇਟਾ। ਮੇਰਾ ਨਾਮ ਜਸਪ੍ਰਤਾਪ ਸਿੰਘ ਬਿੰਦਰਾ ਹੈ। ਮੈਂ ਤੁਹਾਨੂੰ ਅੱਜ ਮੀਡੀਆ 'ਤੇ ਪਹਿਲੀ ਵਾਰ ਆਇਆ। 6 ਦਿਨ ਹੋ ਗਏ, ਸਾਡੇ ਪਰਿਵਾਰ 'ਚ ਬਹੁਤ ਮੁਸੀਬਤ ਚੱਲ ਰਹੀ ਹੈ ਅਤੇ ਸਾਨੂੰ ਕੁਝ ਬਹੁਤ ਟ੍ਰਬਲ 'ਚ ਚੱਲ ਰਿਹਾ ਸੀ ਅਤੇ ਸਾਡਾ ਕੋਈ ਸਾਥ ਨਹੀਂ ਦੇ ਰਿਹਾ ਸੀਗਾ। ਹੁਣ ਇਸ ਵਕਤ ਸਾਡੀ ਸੱਚਾਈ ਸਾਰੀ ਬਾਹਰ ਆ ਗਈ ਹੈ ਹੋਟਲ ਦੀ। ਕੋਈ ਵੀ ਮਾਲਕ ਆਪਣੇ ਹੋਟਲ ਨੂੰ ਕਦੀ ਖਰਾਬ ਨਹੀਂ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਅੱਜ ਜੋ ਸੱਚਾਈ ਸਾਰਿਆਂ ਨੂੰ ਬਾਹਰ ਆਈ ਹੈ, ਲੁਧਿਆਣਾ ਵਾਸੀਆਂ ਨੂੰ ਇਹੀ ਬੇਨਤੀ ਕਰਦਾ, ਇਹਨੂੰ ਦੇਖਿਆ ਜਾਵੇ। ਸ਼ੁਰੂਆਤ ਇੱਕ ਬਿੱਲ ਦੇ ਤੌਰ 'ਤੇ ਹੋਈ ਸੀਗੀ। ਬਿੱਲ ਨਾ ਦੇਣ ਦੇ ਵਜ੍ਹਾ ਇਹਨਾਂ ਨੇ ਮੇਰੇ ਭਰਾ 'ਤੇ ਪਹਿਲਾਂ ਹਮਲਾ ਕੀਤਾ, ਮੇਰੇ ਭਰਾ ਨੂੰ ਬਹੁਤ ਮਾਰਿਆ ਅਤੇ ਤੁਸੀਂ ਸਾਰੀ ਵੀਡੀਓ CCTV 'ਚ ਦੇਖ ਸਕਦੇ ਹੋ। ਇਹ 6 ਦਿਨ ਹੋ ਗਏ, ਅੱਜ ਤੱਕ ਵੀਡੀਓ ਬਾਹਰ ਨਹੀਂ ਆਈ ਸੀਗੀ ਅਤੇ ਹੁਣ ਮੈਂ ਸੋਸ਼ਲ ਮੀਡੀਆ ਰਾਹੀਂ ਇਹ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨਾ ਚਾਹੁੰਦਾ। ਅਤੇ ਮੇਰੇ ਜਿਹੜੇ ਮੇਰਾ ਵੱਡਾ ਬ੍ਰਦਰ ਗੁਰਕੀਰਤ ਬਿੰਦਰਾ ਅਤੇ ਮੇਰੇ ਫਾਦਰ ਸੁਰਿੰਦਰ ਸਿੰਘ ਬਿੰਦਰਾ ਅਤੇ ਮੇਰਾ ਵੱਡਾ ਬ੍ਰਦਰ ਮਨਮੀਤ ਸਿੰਘ ਬਿੰਦਰਾ, ਇਹਨਾਂ ਦੀ ਕੋਈ ਗਲਤੀ ਨਹੀਂ ਸੀਗੀ ਅਤੇ ਸ਼ੁਰੂਆਤ ਇਹਨਾਂ ਨੇ ਕੀਤੀ ਸੀਗੀ ਅਤੇ ਤੁਸੀਂ ਵੀਡੀਓ ਦੇ ਰਾਹੀਂ ਦੇਖ ਸਕਦੇ ਹੋ। ਮੇਰਾ ਬ੍ਰਦਰ ਮਨਮੀਤ ਸਿੰਘ ਬਿੰਦਰਾ ਹਲੇ ਵੀ ਆਪਣੀ ਜਾਨ ਅਤੇ ਮੌਤ ਦੀ ਲੜਾਈ ਲੜ ਰਿਹਾ, ਹੋਸਪਿਟਲ 'ਚ ਐਡਮਿਟ ਹੈ। ਮੈਂ ਤੁਹਾਡੇ ਸਾਰਿਆਂ ਅੱਗੇ ਇਹੀ ਬੇਨਤੀ ਕਰਦਾ ਕਿ ਸਾਡਾ ਸਾਥ ਦਿੱਤਾ ਜਾਵੇ, ਸਾਨੂੰ ਇਨਸਾਫ ਦਿਓ। ਕੀ ਕਰਦਾ ਕਿ CCTV ਫੁਟੇਜ ਤੁਸੀਂ ਧਿਆਨ ਨਾਲ ਦੇਖੋ। ਜਿਹੜੇ ਰੈੱਡ ਟੀ ਸ਼ਰਟ ਮੇਰੇ ਬ੍ਰਦਰ ਨੂੰ ਇਹਨਾਂ ਨੇ ਟੇਬਲ 'ਤੇ ਸੁੱਟਿਆ, ਉਹਨੂੰ ਬਹੁਤ ਕੁੱਟ ਰਹੇ ਨੇ ਅਤੇ ਜਦ ਮੇਰੇ ਫਾਦਰ ਐਂਟਰ ਹੁੰਦੇ ਨੇ ਸੁਰਿੰਦਰ ਸਿੰਘ ਬਿੰਦਰਾ, ਉਹਨਾਂ ਨੂੰ ਉਹਨਾਂ 'ਤੇ ਹਮਲਾ ਕਰਦੇ ਨੇ, ਫਿਰ ਮੇਰਾ ਗੁਰਕੀਰਤ ਸਿੰਘ ਬ੍ਰਦਰ ਕੋਈ ਅਗਲਾ ਸਟੈਪ ਲੈਂਦਾ। ਨਹੀਂ ਤਾਂ ਸਾਡੀ ਕੋਈ ਗਲਤੀ ਨਹੀਂ ਸੀਗੀ। ਇਹ ਬਿੱਲ ਦੇ ਰਾਹੀਂ ਇਹਨਾਂ ਨੇ ਬਿੱਲ ਦੇ ਤੌਰ 'ਤੇ ਇਹਨਾਂ ਨੇ ਇੱਕ ਲੜਾਈ ਸ਼ੁਰੂ ਕੀਤੀ ਸੀਗੀ। ਬਿੱਲ ਨਾ ਭਰਨ ਕਰਕੇ ਮੇਰੇ ਵੱਡੇ ਬ੍ਰਦਰ ਮਨਮੀਤ ਸਿੰਘ ਬਿੰਦਰਾ ਨੇ ਇਹਨਾਂ ਦੇ ਅੱਗੇ ਰਿਕੁਐਸਟ ਵੀ ਕੀਤੀ ਸੀਗੀ ਕਿ ਕੱਲ੍ਹ ਬਿੱਲ ਦੇ ਦਿਓ। ਇਹਨਾਂ ਦੇ ਡਰਿੰਕ ਬਹੁਤ ਕਰਨ ਕਰਕੇ ਇਹਨਾਂ ਨੇ ਲੜਾਈ ਸ਼ੁਰੂ ਕੀਤੀ ਅਤੇ ਮੇਰੇ ਮਨਮੀਤ ਸਿੰਘ ਬਿੰਦਰਾ ਮੇਰੇ ਬ੍ਰਦਰ ਨੂੰ ਬਹੁਤ ਮਾਰਿਆ ਅਤੇ ਹਲੇ ਵੀ ਉਹ ਹੋਸਪਿਟਲ 'ਚ ਐਡਮਿਟ ਹੈ ਅਤੇ ਜਾਨ ਅਤੇ ਮੌਤ ਦੀ ਲੜਾਈ ਲੜ ਰਹੇ। ਇਹੀ ਬੇਨਤੀ ਕਰਦਾ ਹਾਂ ਕਿ ਸਾਡੇ ਸਾਰਿਆਂ ਦਾ ਸਾਥ ਦਿੱਤਾ ਜਾਵੇ ਅਤੇ ਵੀਡੀਓ ਨੂੰ ਦੇਖਿਆ ਜਾਵੇ।